કરી ਆਪਣੀ ਸਾਰਿਆਂ ਦੀ ਅਰਦਾਸ ਸਫਲ ਹੋਵੇ ਤੇ ਉਹ ਨਿੱਕੇ ਪੈਰੀ ਆਵੇ ਵਾਹਿਗੁਰੂ ਕਰੇ ਕਿਉਂਕਿ ਬਾਣੀ ਚ ਵੀ ਲਿਖਿਆ ਕਵਰਥੀ ਨਾ ਜਾਏ ਜਾਨ ਕੀ ਅਰਦਾਸ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੀਤੇ ਦਿਨ ਹੀ ਪੰਜਾਬੀ ਨਿਊਜ਼ ਚੈਨਲਾਂ ਤੇ ਹਿੰਦੀ ਨਿਊਜ਼ ਚੈਨਲਾਂ ਦੇ ਉੱਪਰ ਇੱਕ ਖਬਰ ਬੜੀ ਤੇਜ਼ ਨਾਲ ਵਾਇਰਲ ਕੀਤੀ ਗਈ ਕਿ ਮਾਤਾ ਚਰਨ ਕੌਰ ਮਾਰਚ ਮਹੀਨੇ ਦੇ ਵਿੱਚ ਜੜਬਾ ਬੱਚਿਆਂ ਨੂੰ ਜਨਮ ਦੇਣ ਜਾ ਰਹੇ ਨੇ ਇਸ ਗੱਲ ਵਿੱਚ ਕਿੰਨੀ ਕਿ ਸੱਚਾਈ ਹੈ ਇਸ ਬਾਰੇ ਹਜੇ ਕੋਈ ਸਿੱਧੂ ਫੈਮਿਲੀ ਨੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਉੱਥੇ ਆਪਾਂ ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਹੀ ਦੱਸਿਆ ਜਾ ਰਿਹਾ ਹੈ ਕਿ ਮਾਤਾ ਚਰਨ ਕੌਰ ਨੂੰ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆਗਾ ਸੋ ਸਿੱਧੂ ਨੂੰ ਚਾਉਣ ਵਾਲੇ ਤੇ ਸਿੱਧੂ ਨੂੰ ਪਿਆਰ ਕਰਨ ਵਾਲਿਆ ਇਹ ਹੀ ਉਮੀਦ ਚ ਨੇ ਕੀ ਸਿੱਧੂ ਜਲਦੀ ਤੋਂ ਜਲਦੀ ਵਾਪਸ ਆਵੇ ਸੋ ਉੱਥੇ ਬੱਚਿਆਂ ਦੀ ਆਉਣ ਦੀ ਖੁਸ਼ੀ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ। ਬੀਤੇ ਦਿਨ ਹੀ ਜਸਵਿੰਦਰ ਬਰਾੜ ਨੇ ਵੀ ਆ ਕੇ ਇੱਕ ਇੰਟਰਵਿਊ ਦੇ ਵਿੱਚ ਇਹੀ ਕਿਹਾ ਕਿ ਸਾਰੇ ਇਹੀ ਅਰਦਾਸ ਕਰਿਓ ਕਿ ਸਿੱਧੂ ਮੂਸੇਵਾਲਾ ਨਿੱਕੇ ਪੈਰੀ ਜਲਦੀ ਤੋਂ ਜਲਦੀ ਵਾਪਸ ਆ ਜਾਵੇ ਤੇ ਲੋਕ ਤਾਂ ਇੱਥੇ ਇਹ ਵੀ ਕਹਿੰਦੇ ਪਏ ਨੇ ਕਿ ਲੋਕਾਂ ਦੀਆਂ ਦਵਾਵਾਂ ਦੇ ਨਾਲ ਜੇਕਰ ਆਪਾਂ ਤੋਂ ਇੱਕ ਸਿੱਧੂ ਰੱਬ ਨੇ ਖੋਇਆ ਸੀ ਤਾਂ ਰੱਬ ਹੁਣ ਆਪਾਂ ਨੂੰ ਦੋ ਸਿੱਧੂ ਦੇਣ ਲੱਗਿਆਗਾ। ਸੋ ਲੋਕ ਤਾਂ ਬਹੁਤ ਖੁਸ਼ ਨੇ ਕਿ ਜਲਦੀ ਤੋਂ ਜਲਦੀ ਸਿੱਧੂ ਮੂਸੇਵਾਲਾ ਆਪਣੇ ਸਾਹਮਣੇ ਆਵੇ। ਬਾਕੀ ਹੋਰ ਅਪਡੇਟਸ ਲਈ ਲਗਾਤਾਰ ਚੈਨਲ ਤੇ ਬਣੇ ਰਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ